ਸਾਰੇ ਪਠਾਨਕੋਟ ਦੇ ਵਾਸੀਆਂ ਲਈ ਇੱਕ ਬੜੇ ਫਖਰ ਦੀ ਗੱਲ ਹੈ ਕਿ ਸਾਡਾ ਜਿਹੜਾ ਸਿਵਲ ਹਸਪੀਟਲ ਪਠਾਨਕੋਟ ਹੈ ਇਹ ਫਿਰ ਤੋਂ ਸਾਡਾ ਫਸਟ ਆਇਆ ਔਰ ਕੰਟੀਨਿਊਸਲੀ ਕੰਜ਼ੈਕਟਿਵ 4 ਸਾਲਾਂ ਤੋਂ ਜਦੋਂ ਦਾ ਇਹ ਪ੍ਰੋਗਰਾਮ ਕਾਇਆ ਕਲਪ ਤੇ ਚੱਲਿਆ ਹਰ ਸਾਲ ਅਸੀਂ ਪ੍ਰਾਈਜ਼ ਲੈ ਰਹੇ ਹਾਂ ਫਸਟ ਈਅਰ ਰਨਰ ਅਪ ਫਿਰ ਵਿਨਰ ਫਿਰ ਰਨਰ ਅਪ ਪਰ ਔਰ ਫਿਰ ਵਿਨਰ ਇਹ ਸਿਰਫ ਸਾਡਾ ਡਿਸਟ੍ਰਿਕਟ ਹਸਪੀਟਲ ਹੀ ਹੈ ਜਿਹਨੂੰ ਜਿਹੜਾ ਕਿ ਇਸ ਲੈਵਲ ਤੱਕ ਸਾਨੂੰ ਅਵਾਰਡਸ ਮਿਲੇ ਮੈਂ ਆਪਣੇ ਖਾਸ ਤੌਰ ਤੇ ਜਿਹੜੇ ਮੇਰਾ ਸਟਾਫ ਹੈ ਜਿਹੜਾ ਬਹੁਤ ਮਿਹਨਤ ਕਰਦਾ ਔਰ 24 ਘੰਟੇ ਜਿਹੜਾ ਲੱਗਾ ਰਹਿੰਦਾ ਸ਼ਾਰਟੇਜ ਹੋਣ ਦੇ ਬਾਵਜੂਦ ਜਿਨ੍ਹਾਂ ਨੇ ਕੋਈ ਸਾਨੂੰ ਮੈਨੂੰ ਕਦੀ ਪ੍ਰੋਬਲਮ ਨਹੀਂ ਆ ਦਿੱਤੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਜਿਹੜੇ ਸਾਡੇ ਸਿਟੀਜ਼ਨਸ ਔਰ ਖਾਸ ਤੌਰ ਤੇ ਐਨਜੀਓਜ਼ ਵਗੈਰਾ ਜਿਹੜੀ ਵੀ ਸਾਡੀਆਂ ਹੈਲਪ ਕਰਦੇ ਆ ਮੈਂ ਉਹਨਾਂ ਦਾ ਵੀ ਬਹੁਤ ਸ਼ੁਕਰੀਆ ਕਰਨਾ ਚਾਹੁੰਦਾ ਕਿ ਉਹਨਾਂ ਦਾ ਵੀ ਲੋਕਾਂ ਦਾ ਵੀ ਸਾਡਾ ਹਮੇਸ਼ਾ ਸਾਥ ਬਣਿਆ ਔਰ ਪ੍ਰੈਸ ਦਾ ਵੀ ਬਹੁਤ ਮੈਂ ਸ਼ੁਕਰੀਆ ਕਰਨਾ ਚਾਹੁੰਦਾ ਕਿਉਂਕਿ ਉਹ ਹਮੇਸ਼ਾ ਸਾਡਾ ਸਾਥ ਦਿੰਦੇ ਸਰ ਕਿੰਨੀ ਰਾਸ਼ੀ ਮਿਲ ਰਹੀ ਹੈ ਤੇ ਉਹ ਰਾਸ਼ੀ ਦਾ ਤੁਸੀਂ ਕੀ ਕਰੋਗੇ ਸਾਡੇ ਕੋਲ ਜਿਹੜੇ ਕਿ ਇਸ ਵਾਰ ਜਿਹੜਾ ਵਿਨਰ ਹੈਗਾ ਉਹਦਾ 25 ਲੱਖ ਰੁਪਇਆ ਹੈਗਾ ਇਹਦੇ ਬਾਰੇ ਚ ਅਸੀਂ ਡੀਸੀ ਸਾਹਿਬ ਨਾਲ ਔਰ ਜਿਹੜੀ ਆਰਕੇਐਸ ਦੀ ਸਾਡੀ ਮੀਟਿੰਗ ਹੋਈ ਉਹਦੇ ਵਿੱਚ ਡਿਸਕਸ ਕਰਾਂਗੇ ਔਰ ਜਿੰਨਾ ਵੀ ਜ਼ਿਆਦਾ ਇਹਦੇ ਵਿੱਚ 25% ਜਿਹੜਾ ਉਹ ਸਟਾਫ ਦਾ ਇਨਸੈਂਟਿਵ ਹੁੰਦਾ ਹੈ ਬਾਕੀ ਜਿਹੜਾ 75% ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਮਾਡਰਨਾਈਜ਼ ਕਰਕੇ ਜਿਵੇਂ ਲੈਪਰੋਸਕੋਪ ਦੀ ਸਾਨੂੰ ਜ਼ਰੂਰਤ ਹੈ ਜਨਰੇਟਰ ਦੀ ਜ਼ਰੂਰਤ ਹੈ ਸੋਲਰ ਦਾ ਅਸੀਂ ਪਹਿਲਾਂ ਹੀ ਸੋਚ ਕੇ ਬੈਠੇ ਹਾਂ ਇਸ ਤਰ੍ਹਾਂ ਜਿਸ ਤਰ੍ਹਾਂ ਮੈਕਸਿਮਮ ਸਾਡੇ ਕੋਲੋਂ ਹੋ ਸਕੇਗਾ ਜਿੱਥੇ ਪੇਸ਼ੈਂਟ ਦਾ ਬੈਨੀਫਿਟ ਹੋ ਸਕਦਾ ਔਰ ਮੇਰੀ ਇੱਕ ਬੜੀ ਤਮੰਨਾ ਹੈਗੀ ਹੈ ਕਿ ਜਿਹੜੇ ਮੇਰੇ ਕੋਲ ਪੇਸ਼ੈਂਟ ਆਉਂਦੇ ਆ ਅਸੀਂ ਉਹਨਾਂ ਨੂੰ ਏਸੀ ਦਾ ਵੀ ਪੂਰਾ ਬੈਨੀਫਿਟ ਦਈਏ ਔਰ ਮੇਰੇ ਅਸੀਂ ਕੂਲਰ ਤਾਂ ਲਗਾ ਲੈਂਦੇ ਆ ਔਰ ਹੁਣ ਸਾਡਾ ਇਹ ਹੈਗਾ ਕਿ ਜਿਹੜੇ ਉੱਪਰ ਵਾਲੇ ਸਾਡੇ ਰੂਮ ਹੈ ਜਿੱਥੇ ਜ਼ਿਆਦਾ ਗਰਮੀ ਹੁੰਦੀ ਹੈ ਉਹਨਾਂ ਨੂੰ ਅਸੀਂ ਏਸੀ ਵੀ ਕਰ ਸਕੀਏ ਤਾਂ ਕਿ ਅਸੀਂ ਜਿੰਨਾ ਵੀ ਸਾਡੇ ਕੋਲ ਜਿਹੜੇ ਚਾਹੇ ਪੂਅਰ ਪੇਸ਼ੈਂਟਸ ਵੀ ਆਉਂਦੇ ਆ ਉਹਨਾਂ ਨੂੰ ਵੀ ਇੱਕ ਪ੍ਰਾਈਵੇਟ ਹਸਪੀਟਲ ਤੋਂ ਵੀ ਜ਼ਿਆਦਾ ਜਿਹੜਾ ਅਸੀਂ ਉਹ ਬੈਨੀਫਿਟ ਦੇ ਸਕੀਏ।